ਫਤਿਹਗੜ੍ਹ ਸਾਹਿਬ ਚ ਕੌਮ ਲਈ ਖੜਨ ਵਾਲੇ ਯੋਧਿਆ, ਤੂੰ ਬਹੁਤ ਹੀ ਵਧੀਆ ਕੰਮ ਕੀਤਾ ਤੇ ਮੈਂ ਤੇਰਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਣੀ ਕੌਮ ਦੇ ਅੱਗੇ ਬੇਨਤੀ ਕਰਦਾ ਤੇ ਇੱਕ ਸੇਵਾ ਮੰਗਦਾ ਆਪਣੀ ਕੌਮ ਤੋਂ ਕਿ ਮੈਂ ਚਾਹੁੰਦਾ ਆ ਕਿ ਉਸ ਵੀਰ ਦੇ ਲਈ ਮੈਂ ਜੋ ਵੀ ਮੇਰੇ ਕੋਲ ਹੋਵੇ, ਜੇ ਉਹ ਤੇ ਕੋਈ ਪਰਚਾ ਰਜਿਸਟਰਡ ਹੋਇਆ ਉਹਦੇ ਵਕੀਲਾਂ ਦਾ ਖਰਚਾ ਮੈਨੂੰ ਮੇਰੀ ਕੌਮ ਜਿਹੜੀ ਆ ਮੈਨੂੰ ਜ਼ਿੰਮੇਵਾਰੀ ਦੇਵੇ ਤੇ ਮੈਂ ਉਹਨੂੰ ਬੜੀ ਖੁਸ਼ੀ ਖੁਸ਼ੀ ਨਿਭਾਵਾਂਗਾ। ਮੈਨੂੰ ਇਹ ਗੱਲ ਦਾ ਬੜਾ ਮਾਣ ਹੋਊਗਾ ਕਿਉਂਕਿ ਕੁਦਰਤ ਨੇ ਸਾਨੂੰ ਜੋ ਵਧੀਆ ਵਧੀਆ ਘਰ ਕੋਠੀਆਂ ਸ਼ੌਹਰਤਾਂ ਸਰਦਾਰੀਆਂ ਬਖਸ਼ੀਆਂ ਨੇ, ਇਹ ਕੱਲੀਆਂ ਸਾਨੂੰ ਸੁੱਖ ਲੈਣ ਨੂੰ ਨਹੀਂ ਬਖਸ਼ੀਆਂ, ਆਪਣੀ ਕੌਮ ਦੇ ਮਗਰ ਖਲੋਣ ਲਈ ਵੀ ਬਖਸ਼ੀਆਂ ਨੇ। ਜੇ ਸਾਡਾ ਜਿੰਨਾ ਵੀ ਪੈਸਾ ਲੱਗ ਜੇ ਮੈਂ ਵੀਰਿਆ ਲਾਵਾਂਗਾ ਤੇਰੇ ਮਗਰ, ਤੂੰ ਪਰਵਾਹ ਨਾ ਕਰੀ, ਤੂੰ ਉਹ ਕੰਮ ਕੀਤਾ ਜਿਹੜਾ ਅੱਜ ਸਮੇਂ ਦੀ ਮੁੱਖ ਲੋੜ ਸੀ। ਅੱਜ ਸਾਰੀ ਕੌਮ ਤੇਰੇ ਮਗਰ ਖਲੋਗੀ, ਸਾਡੇ ਟਕਸਾਲੀ ਵੀਰ, ਅਕਾਲੀ ਵੀਰ, ਅਕਾਲੀ ਵੀਰ ਤੋਂ ਭਾਵ ਮੇਰਾ ਉਹ ਵੀਰ ਜਿਹੜੇ ਬਾਬੇ ਨਾਨਕ ਦੇ ਘਰ ਦੇ ਸੇਵਕ ਨੇ, ਉਹ ਅਕਾਲੀ ਨੇ, ਮੈਂ ਉਹਨਾਂ ਅਕਾਲੀ ਵੀਰਾਂ ਦੀ ਕਰਦਾ। ਉਹ ਆਮ ਜਿਹੜੇ ਵੀਰ ਜਿਨ੍ਹਾਂ ਦੇ ਵਿੱਚ ਕੌਮ ਦਾ ਦਰਦ ਆ, ਪੂਰੀ ਹਨੇਰੀ ਲਿਆਂਦੀ ਉਹਨਾਂ ਨੇ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਪਰ, ਤੇਰੇ ਮਗਰ ਖਲੋ ਗਏ ਤੇਰੀ ਪੂਰੀ ਕੌਮ। ਕਿੰਨੀ ਵਧੀਆ ਗੱਲ ਹੈ ਨਾ ਸਾਡੀ ਸਿੱਖ ਕੌਮ ਦੇ ਵਿੱਚ ਵੀਰਿਆ, ਤਕੜਾ ਉਹ ਕੋਈ ਗੱਲ ਨਹੀਂ। ਮੈਂ ਹੋਰ ਵੀ ਇੱਕ ਬੇਨਤੀ ਕਰਨਾ ਚਾਹੁੰਦਾ, ਕਿਰਪਾ ਕਰਕੇ ਇਹ ਜਾਂ ਤੇ ਮੈਨੂੰ ਉਹਦਾ ਕੋਈ ਕੰਟੈਕਟ ਨੰਬਰ ਵੀਰ ਦਾ ਸੈਂਡ ਕਰ ਦਵੋ, ਜਾਂ ਮੇਰਾ ਕੰਟੈਕਟ ਨੰਬਰ ਉਹਨੂੰ ਦੇ ਦਿਓ। ਮੈਂ ਇਹ ਜਨਤਕ ਤੌਰ ਤੇ ਇਸ ਕਰਕੇ ਕਰਨ ਲੱਗਾ, ਇਸ ਹਾਲਾਤ ਬਣ ਗਏ ਆ ਕਿ ਹੁਣ ਅਸੀਂ ਕੌਮ ਦੇ ਵਿੱਚ ਖੁੱਲ ਕੇ ਸਾਹਮਣੇ ਆਈਏ, ਐਵੇਂ ਕੌਮ ਦੇ ਮਗਰ ਮਗਰ ਨਾ ਤੁਰੀਏ। ਜਿਹੜਾ ਵੀਰ ਕੁਰਬਾਨੀ ਕਰ ਸਕਦਾ ਵਾ, ਉਹਦਾ ਮਤਲਬ ਇਹ ਨਹੀਂ ਕਿ ਉਹਨੂੰ ਜੇਲ੍ਹਾਂ ਚ ਰੋਲੀਏ, ਉਹਨੂੰ ਬਾਹਰ ਕੱਢੀਏ, ਉਹ ਯੋਧੇ ਨੇ, ਉਹਨਾਂ ਦੇ ਮਗਰ ਪੈਸਾ ਲਾਈਏ। ਹੁਣ ਜੇਲ੍ਹਾਂ ਚ ਰੋਣ ਦਾ ਸਮਾਂ ਨਹੀਂ, ਰੋਲਣ ਦਾ ਸਮਾਂ ਆ ਗਿਆ। ਤੇ ਮੈਂ ਇੱਕ ਹੋਰ ਵੀ ਬੇਨਤੀ ਕਰੂੰਗਾ ਵੀਰਾਂ ਸਾਰਿਆਂ ਨਾਲ ਸਲਾਹ ਕਰਕੇ ਦੱਸੋ, ਵੀਰ ਨਾਲ ਵੀ ਸਲਾਹ ਕਰਾਂਗਾ, ਜਿੰਨੇ ਕੋਈ ਕਾਰਵਾਈ ਕਰਾਈ ਆ ਮੇਰੇ ਕੋਲ ਅਜੇ ਪੂਰਾ ਪ੍ਰੂਫ ਨਹੀਂ ਆ, ਜੇ ਕਿਸੇ ਨੇ ਕਰਾਈ ਆ ਕਿਉਂ ਨਾ ਵੀ ਉਹਨੂੰ ਵੀ ਅਦਾਲਤ ਚ ਘੜੀਸੀਏ, 5-7 ਸਾਲ ਜਦੋਂ ਉਹਦਾ ਕਦੇ ਵਿਆਹ ਵੀ ਹੋਊਗਾ ਪਤਾ ਲੱਗੂ, ਜਦੋਂ ਕਚਹਿਰੀਆਂ ਚ ਗੇੜੇ ਵੱਜਣਗੇ। ਤੇ ਜਿਹੜੇ ਵੀਰ ਭੈੜੇ ਕਮੈਂਟ ਕਰਦੇ ਆ ਉਹਨਾਂ ਨੂੰ ਵੀ ਇੱਕ ਦੋ ਨੂੰ ਖਿੱਚਿਆ ਜਾਵੇ, ਨੋਟਿਸ ਕੱਢੇ ਜਾਣ। ਜੇ ਤੁਹਾਡੀ ਸਲਾਹ ਹੋਵੇ ਮੈਂ ਉਹ ਵੀਰ ਨਾਲ ਵਿਚਾਰ ਕਰੂੰਗਾ, ਤੁਸੀਂ ਮੈਨੂੰ ਜ਼ਰੂਰ ਸੁਝਾਅ ਦਿਓ। ਵੀਰੋ, ਜਿਹੜੀਆਂ ਕੁੜੀਆਂ ਜਾਂ ਜਿਹੜੇ ਮੁੰਡੇ ਰਾਤ ਨੂੰ ਨੀਂਦ ਵਾਲੀਆਂ ਗੋਲੀਆਂ ਘੋਲ ਕੇ ਦੇ ਜਾਂਦੇ ਆਪਣੇ ਮਾਪਿਆਂ ਨੂੰ, ਕੀ ਉਹਨਾਂ ਦੇ ਮਾਪੇ ਸਮਝਾਉਂਦੇ ਨੀ ਬੱਚਿਆਂ ਨੂੰ ਕਿ ਪੋਤੇ ਗਲਤ ਗੱਲ ਆ, ਉਹ ਫਿਰ ਵੀ ਘੋਲ ਕੇ ਜਾਂਦੇ, ਫਿਰ ਛੱਤਰ ਹੀ ਹੁੰਦਾ, ਫਿਰ ਜੋ ਧੜ ਗਏ ਯੋਧੇ ਫਿਰ ਢਾ ਲੈਂਦੇ ਆ ਨਾ, ਲੱਤਾਂ ਬਾਹਾਂ ਵੱਢਦੇ ਆ, ਫਿਰ ਪਤਾ ਲੱਗਦਾ ਕਹਿੰਦੇ ਜੀ ਉਹਦੀ ਹਨੇਰੀ ਲਿਆਤੀ। ਤੁਸੀਂ ਹਨੇਰੀ ਲਿਆਂਦੀ ਆ, ਕਿਉਂਕਿ ਪਿਆਰ ਨਾਲ ਜਿੱਥੇ ਗੱਲ ਪਿਆਰ ਨਾਲ ਸਮਝਾਉਣ ਵਾਲੀ ਦੀ ਸਮਝਾਉਂਦੇ ਸਿੱਖ, ਸਿੱਖ ਕੌਮ ਐਵੇਂ ਥੋੜਾ ਏਡੀ ਤਰੱਕੀਆਂ ਕਰ ਗਈ। ਇਹਨਾਂ ਨੂੰ ਪਿਆਰ ਨਾਲ ਸਮਝਾਉਣਾ ਵੀ ਆਉਂਦਾ ਤੇ ਛਤਰਨਾ ਵੀ ਆਉਂਦਾ, ਤੇ ਜੋ ਵੀ ਉਹਨੇ ਕੀਤਾ ਵੀਰਿਆ ਤਕੜਾ ਉਹ ਪ੍ਰਵਾਹ ਨਾ ਕਰੀ। ਇਸੇ ਕਰਕੇ ਮੈਂ ਪਿੱਛੇ ਵੀ ਗੱਲ ਕੀਤੀ ਕਿ ਸਿੱਖੋ ਇੱਕ ਕੌਮੀ ਫੰਡ ਤਿਆਰ ਕਰੋ, ਕੌਮੀ ਫੰਡ ਦੀ ਬਹੁਤ ਜ਼ਰੂਰਤ ਆ, ਅੱਜ ਲੋੜ ਸੀ। ਪਰ ਮੈਂ ਫਿਰ ਵੀ ਮੈਂ ਤੁਹਾਡੇ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ, ਕੋਈ ਹੋਮੇ ਨਹੀਂ ਕਰਦਾ, ਜੇ ਤੁਸੀਂ ਮੈਨੂੰ ਇਹ ਸੇਵਾ ਦਵੋਗੇ ਤੇ ਮੈਂ ਇਹਨੂੰ ਬੜੀ ਖੁਸ਼ੀ ਖੁਸ਼ੀ ਕਰਾਂਗਾ। ਵੀਰਿਆ ਤੂੰ ਬਹੁਤ ਹੀ ਵਧੀਆ ਕੀਤਾ, ਆਨੰਦ ਆ ਗਿਆ, ਸਾਰੀ ਕੌਮ ਤੇਰੇ ਮਗਰ ਖਲੋਗੀ ਆ। ਤੇ ਜਿਹੜੇ ਵੀਰਾਂ ਨੇ ਵਾਕਿਆ ਕਮੈਂਟ ਦਿੱਤੇ ਆ ਵੀ ਜੇ ਕਿਸੇ ਨੇ ਆਪਣੇ ਧੀ ਪੁੱਤ ਨੂੰ ਇਦਾਂ ਕਰਨਾ ਹੋਵੇ ਜਾਂ ਤਾਂ ਆਪਣੇ ਮਾਂ ਪਿਓ ਨਾਲ ਜਾਵੇ, ਕੋਈ ਤਰਾਜਗੀ ਨਹੀਂ। ਤੇ ਜੇ ਇਕੱਲੇ ਭੇਜਣੇ ਮਿਲਣ ਦੇ ਲਈ, ਫਿਰ ਉਹਨਾਂ ਨੇ ਜਿਹੜੀਆਂ ਹੋਟਲ ਵਾਲੇ ਕਮੈਂਟ ਦਿੱਤੇ ਆ ਉਹ ਤੇ ਬਾ ਕਮਾਲ ਕਰਤੀ ਸਿੰਘੋ, ਬਾ ਕਮਾਲ ਕਰਤੀ, ਠੋਕੇ ਰੱਖਦਾ ਤੁਸੀਂ। ਮੈਨੂੰ ਇੰਨੀ ਆਸ ਨਹੀਂ ਪਰ ਤੁਸੀਂ ਹਨੇਰੀ ਲਿਆ ਦਿੱਤੀ। ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾਸ ਕਰਦਾ ਆ ਕਿ ਤੁਸੀਂ ਇਸੇ ਤਰ੍ਹਾਂ ਹੀ ਕੌਮ ਦੇ ਨਾਲ ਖਲੋਂਦੇ ਰਹੇਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।